ਅੱਜ ਇਸ ਪਰਿਵਾਰ ਨੂੰ ਇਸ ਕਠਿਨ ਘੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਘੜੀ। ਅਤੇ ਇਸ ਮੁੰਡੇ ਦਾ ਨਾਂ ਸੀ ਲੈਸਨੈਕ ਓਪਰੇਟਰ ਸੁਖਪ੍ਰੀਤ ਸਿੰਘ, ਇਹਦੀ ਯੂਨਿਟ ਸੀ 581 ਲਾਈਟ ਰੈਜੀਮੈਂਟ ਚੜ੍ਹਦੀ ਕਲਾ, ਜਿਹੜੀ ਕਿ ਅੱਜ ਕੱਲ੍ਹ ਬਿਲੋਂਗ ਕਰਨ ਸਮਾਂ। ਸਰ ਕਿੰਨੀ ਕੁ ਉਮਰ ਸੀ ਇਹਦੀ? ਇਹਦੀ ਉਮਰ ਸੀ ਆਪਣੇ ਮਿਹਨਤੀ 26 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ। ਅਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ, ਜਿਨ੍ਹਾਂ ਦਾ ਤੁਸੀਂ ਕਹਿ ਲਓ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ, ਇੰਨਾ ਅੱਛਾ ਮੁੰਡਾ ਸੀ। ਸਾਡੀ ਪਲਟਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ, ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਛੁੱਟੀ ਆ ਕੇ ਇੱਕ ਜਵਾਨ ਨਾਲ ਇੱਦਾਂ ਦੀ ਬੀਤੇ। ਸਰ ਕਿੰਨੇ ਸਾਲ ਪਹਿਲਾਂ ਭਰਤੀ ਹੋਇਆ ਇਹ? ਸਰ ਅੱਜ ਤੋਂ ਮੇਰੇ ਖਿਆਲ 7-8 ਸਾਲ ਨੌਕਰੀ ਹੈ ਇਹਦੀ ਮੁੰਡੇ ਦੀ। ਹਾਂਜੀ, ਕਾਰਨ ਸਰ ਇਹ ਅੱਜ ਤੋਂ ਪਹਿਲਾਂ, ਅੱਜ ਤੋਂ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ 'ਚੋਂ ਰਿਟਾਇਰ ਹੋਇਆ। ਮੇਰੇ ਅੰਡਰ ਹੀ ਮੁੰਡਾ ਸਾਡੀ ਯੂਨਿਟ ਦੇ ਵਿੱਚ ਆਇਆ, ਔਰ ਇਹ ਅੱਜ ਤੋਂ ਜਿਹੜਾ ਮੈਨੂੰ ਪਤਾ ਲੱਗ ਗਿਆ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ, ਘਰ ਆ ਕੇ ਇਹਨੂੰ ਕੋਈ ਹਾਰਟ ਅਟੈਕ ਵਗੈਰਾ ਹੋਇਆ, ਇਸ ਤੋਂ ਬਾਅਦ ਇਹ ਸਿਵਲ 'ਚ ਲੈ ਗਏ ਨਾ। ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ, ਉਸ ਤੋਂ ਬਾਅਦ ਇਹਨੂੰ MH ਅੰਮ੍ਰਿਤਸਰ ਦੇ ਵਿੱਚ ਫਾਰਵਰਡ ਕੀਤਾ ਗਿਆ, ਉੱਥੇ ਜਾ ਕੇ ਇਹਨੂੰ ਡੈਥ ਘੋਸ਼ਿਤ ਕਰਤੇ ਉਹਨੇ। ਸਰ ਵਿਆਹ ਕਿ ਕਮਾਰਾ ਸੀ? ਇਹ ਵਿਆਹ ਸੀ ਸਰ। ਕੀ ਬੱਚੇ ਕਿੰਨੇ? ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ, 6 ਮਹੀਨੇ ਦਾ। ਹਾਂਜੀ ਹਾਂਜੀ। ਤੇ ਸਰ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ ਜੀ ਦਾ? ਹਾਂਜੀ, ਅੱਜ ਇਹਦਾ ਅੰਤਮ ਸੰਸਕਾਰ ਹੈ। ਅੱਜ ਤੋਂ 2 ਦਿਨ ਪਹਿਲਾਂ ਇਹਦੀ ਡੈਥ ਹੋਈ ਸੀ ਪਰਸੋਂ, ਔਰ ਅੱਜ ਇਹਦਾ ਅੰਤਮ ਸੰਸਕਾਰ ਕੀਤਾ। ਇਹਦਾ ਨਾਮ ਸੁਖਪ੍ਰੀਤ ਸਿੰਘ ਸੀਗਾ ਤੇ ਇਹ ਸਵੇਰੇ ਉੱਠਿਆ ਵਾ। ਉੱਠਣ ਦੇ ਬਾਅਦ 'ਚ ਇਹਨੇ ਚਾਹ ਪਾਣੀ ਪੀਤਾ ਵਾ, ਉਦੋਂ ਬਾਅਦ ਦੇ ਵਿੱਚ ਇਹਨੇ ਇਹਦੇ ਦਰਦ ਹੋਈ ਆ ਇੱਕਦਮ, ਅਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਵਲ ਹੋਸਪਿਟਲ ਫਟਾਫਟ, ਬਹੁਤ ਜਲਦੀ ਇੱਥੇ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਹਨੂੰ ਰੈਫਰ ਕਰਤਾ ਵਾ ਅੰਮ੍ਰਿਤਸਰ ਲੈ ਜਾਓ, ਮਿਲਟਰੀ ਦਾ ਬੰਦਾ ਮਿਲਟਰੀ ਹਸਪਤਾਲ ਲੈ ਗਿਆ। ਉੱਥੇ ਜਾ ਕੇ ਉਹਨਾਂ ਨੇ ECG ਵਗੈਰਾ ਸਭ ਕੁਝ ਕੀਤਾ ਵਾ, ਉਹਦੇ ਬਾਅਦ ਉਹਨਾਂ ਡੈਥ ਤੋਂ ਕਲੀਅਰ ਕਰਤਾ। ਇਹ ਸਰ ਜਿਹੜੀ ਢਿੱਲ ਮੱਠ ਜਿਹੜੀ ਇਹ ਕਿੰਨੀ ਤਰੀਕ ਨੂੰ ਹੋਈ ਤੇ ਡੈਥ ਕਿੰਨੀ ਤਰੀਕ? ਢਿੱਲ ਮੱਠ ਨੂੰ ਕੋਈ ਹੋਈ ਨਹੀਂ ਸੀ, ਬੜਾ ਨਰੋਆ ਬੰਦਾ ਸੀਗਾ, ਛੁੱਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਸੀ। ਕਿੱਥੇ ਪੋਸਟਿੰਗ ਕਿੱਥੇ ਸੀ ਇਹਦੀ? ਪੋਸਟ ਇਹਦੀ ਮੀਸਾ ਮਨੀ ਆ, ਮਨੀਪੁਰ ਦੇ ਲਾਗੇ। ਹਾਂਜੀ, 581 ਫੀਲਡ ਰੈਜੀਮੈਂਟ ਹੈ ਜੀ।